ਨਵੇਂ ਬਰੇ ਤੋਂ ਹੋ ਸਕਦਾ ਹੈ ਅੱਤਵਾਦੀ ਹਮਲਾ। ਖਾਲਿਸਤਾਨੀ ਸੰਗਠਨ ਕਰ ਸਕਦੇ ਨੇ ਜਸ਼ਨ ਵਿੱਚ ਕੋਈ ਹਮਲਾ। ਖੂਫੀਆ ਏਜੰਸੀ ਦੀ ਰਿਪੋਰਟਾਂ ਨੇ ਉਡਾਏ ਮੁੰਬਈ ਪੁਲਿਸ ਦੇ ਹੋਸ਼। ਮੁੰਬਈ 'ਚ ਰੈੱਡ ਅਲਰਟ ਜਾਰੀ। 2022 ਦੇ ਬਰੇ ਦਾ ਸਵਾਗਤ ਕਰਨ ਲਈ ਪੂਰੀ ਦੁਨੀਆ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ, ਪਰੰਤੂ ਮੁੰਬਈ ਪੁਲਿਸ ਦੇ ਹੋਸ਼ ਉੱਡ ਗਏ ਕਿਉਂਕਿ ਖੂਫੀਆ ਏਜੰਸੀ ਵੱਲੋਂ ਇੱਕ ਸੂਚਨਾ ਦਿੱਤੀ ਗਈ ਜਿਸ ਨੇ ਪੂਰੀ ਮੁੰਬਈ ਪੁਲਿਸ ਦੇ ਹੋਸ਼ ਉਡਾ ਦਿੱਤੇ, ਕਿਉਂਕਿ ਖੂਫੀਆ ਏਜੰਸੀ ਦੀ ਰਿਪੋਰਟ ਅਨੁਸਾਰ ਮੁੰਬਈ 'ਚ ਇੱਕ ਵੱਡਾ ਹਮਲਾ ਹੋ ਸਕਦਾ ਹੈ। ਇਹ ਰਿਪੋਰਟ ਪੁਲਿਸ ਦੀ ਚਿੰਤਾ ਵਧਾ ਰਹੀ ਹੈ ਕਿਉਂਕਿ ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਨਵੇਂ ਬਰੇ ਤੇ ਜਸ਼ਨ ਵਿੱਚ ਧਮਾਕਾ ਹੋ ਸਕਦਾ ਹੈ ਜਾਂ ਫਿਰ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਅੱਤਵਾਦੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ। ਖੂਫੀਆ ਤੰਤਰ ਨੇ ਦਿੱਤੀ ਜਾਣਕਾਰੀ ਅਨੁਸਾਰ ਇਹਨਾਂ ਹਮਲਿਆਂ ਵਿੱਚ ਖਾਲਿਸਤਾਨੀ ਗਰੁੱਪ ਦਾ ਹੱਥ ਹੈ ਜਿਨ੍ਹਾਂ ਦਾ ਮਕਸਦ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨਾ ਹੈ। ਇਹ ਵੀ ਕਹਿ ਸਕਦੇ ਨੇ ਕਿ ਕੋਈ ਵੱਡੀ ਵਾਰਦਾਤ ਹੋਵੇ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਦਾ ਨੁਕਸਾਨ ਹੋਵੇ, ਜਿਸ ਨਾਲ ਭਾਰਤ ਦੀ ਸੁਰੱਖਿਅਤ ਉੱਤੇ ਸਵਾਲ ਉਠਾਏ ਜਾਣ। ਇਸ ਦੀ ਜਾਣਕਾਰੀ ਮਿਲਦੇ ਹੀ ਮੁੰਬਈ ਪੁਲਿਸ ਨੇ ਪੂਰੇ ਸ਼ਹਿਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਨੇ ਸੁਰੱਖਿਆ ਇੰਤਜ਼ਾਮ ਤੇਜ਼ ਕਰਦੇ ਹੋਏ ਪੁਲਿਸ ਜਵਾਨਾਂ ਦੀ ਛੁੱਟੀ ਕੈਂਸਲ ਕਰਕੇ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪੁਲਿਸ ਸੂਤਰਾਂ ਅਨੁਸਾਰ ਹਰ ਜਸ਼ਨ ਥਾਵਾਂ ਤੇ ਸੁਰੱਖਿਆ ਪ੍ਰਬੰਧ ਕਰ ਲਏ ਗਏ ਨੇ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਨੇ ਕੇਂਦਰੀ ਖੂਫੀ ਏਜੰਸੀਆਂ ਦੀ ਮਦਦ ਲੈ ਲਈ ਹੈ। ਹੋਰ ਜਾਣਕਾਰੀਆਂ ਲੈਣ ਲਈ ਸਾਡੇ ਨਾਲ ਜੁੜੇ ਰਹੋ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦੇ, ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।